ਇਨੋਵਾ ਤੇ ਸਕੂਲ ਬੱਸ ਦੀ ਟੱਕਰ, ਬਾਲ ਬਾਲ ਵਜੇ ਵਿਦਿਆਰਥੀ। ਜਲੰਧਰ ਦੇ ਧਨੋਵਾਲੀ ਕੋਲ ਦਿੱਲੀ ਪਬਲਿਕ ਸਕੂਲ ਦੀ ਬੱਸ ਇਨੋਵਾ ਗੱਡੀ ਨਾਲ ਜਾ ਭਿੜੀ। ਇਸ ਹਾਦਸੇ ਵਿੱਚ ਇਨੋਵਾ ਗੱਡੀ ਦੇ ਪਰਖ 'ਚ ਉੜ ਗਏ। ਇਸ ਖਤਰਨਾਕ ਹਾਦਸੇ ਵਿੱਚ ਸਕੂਲ ਦੇ ਬੱਚੇ ਬਾਲ ਬਾਲ ਬਚੇ ਹਨ। ਇਹਨਾਂ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਕਿ ਇਨੋਵਾ ਕਾਰ ਦਾ ਡਰਾਈਵਰ ਸ਼ਾਹਕੋਟ ਦੇ ਵਿਧਾਇਕ ਲਾਡੂ ਸ਼ੇਰੋਵਾਲੀ ਵਾਲਾ ਡਰਾਈਵਰ ਹੈ। ਡਰਾਈਵਰ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਕਿਹਾ, ਸਰਵਿਸ ਲੇਨ ਰੋਡ ਸੀਗਾ, ਇੱਕ ਦਿੱਲੀ ਪਬਲਿਕ ਸਕੂਲ ਦੀ ਬੱਸ ਸੀਗੀ ਬੱਚਿਆਂ ਵਾਲੀ, ਉਹ ਉੱਧਰੋਂ ਆ ਰਹੀ ਸੀ ਫਗਵਾੜਾ ਸਾਈਡ ਤੋਂ ਸਰਵਿਸ ਲੇਨ ਰੋਡ 'ਤੇ, ਉਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ। ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਉੱਦਾਂ ਜਿਹੜਾ ਨਵਾਂ ਵਾਲਾ ਉਹ ਦਾਖਲ ਹੈ ਜੋ ਹਸਪਤਾਲ। ਸਰ ਜਿਹੜਾ ਬੱਸ ਚਾਲਕ ਸੀਗਾ ਉਹ ਜ਼ਿਆਦਾ ਨਹੀਂ ਸੱਟ ਹੈ, ਮਾੜੀਆਂ ਮੋਟੀਆਂ। ਸਰ ਬੱਸ 'ਚ ਬੱਚੇ ਵੀ ਸੀ? ਬੱਚੇ ਵੀ ਸੀਗੇ, ਠੀਕ ਹੀ ਸੀ। ਬੱਚਿਆਂ ਬਾਰੇ ਦੀ ਜਾਣਕਾਰੀ ਨਹੀਂ ਪੂਰੀ ਕਿੰਨੇ ਬੱਚੇ ਸੀ, ਪਰ ਵਿੱਚ ਬੱਚੇ ਸੀਗੇ, ਸਕੂਲ ਆ ਰਹੇ ਸੀ ਬਸ। ਸਰ ਕੀ ਕਾਰਵਾਈ ਕਰ ਰਹੇ? ਉਹ ਦੇਖਦੇ ਹਾਂ, ਹਜੇ ਤਾਂ ਜਿਹੜੇ ਹੈਗੇ ਆ ਇਨੋਵਾ ਵਾਲਾ ਅਨਫਿੱਟ ਆ, ਹਜੇ ਉਹਦਾ ਹੋ ਰਿਹਾ ਆਪਰੇਟ ਹੋ ਰਿਹਾ, ਉਸ ਤੋਂ ਬਾਅਦ 'ਚ ਹੀ ਪਤਾ ਲੱਗੂਗਾ ਕੋਈ ਗੱਲ ਕੀ ਰਹੀ।